ਤੁਸੀਂ ਵੇਖ ਸਕਦੇ ਹੋ ਵੋਟ ਕਰਨ ਤੋਂ ਬਾਅਦ ਬਾਹਰ ਆਏ ਅਤੇ ਉਹਨਾਂ ਨੂੰ ਤੁਸੀਂ ਕਹੋ ਕਿ ਆਪਣਾ ਵੋਟ ਜਿਹੜੀ ਉਹ ਵਰਤੋਂ ਕਰਕੇ ਆਏ ਨੇ ਉਹ ਵਿਖਾਉਂਦੇ ਹੋਏ, ਕਿਉਂਕਿ ਇੱਕ ਰਸਮ ਕਹਿ ਲਓ ਕਿ ਹਰ ਕੋਈ ਆਗੂ ਅੱਜ ਕੱਲ੍ਹ ਜਦੋਂ ਮੀਡੀਆ ਮੌਜੂਦ ਹੁੰਦਾ ਅਤੇ ਇਹ ਉਂਗਲੀ ਚੱਕ ਕੇ ਦਿਖਾਇਆ ਜਾਂਦਾ, ਪਰ ਉਂਗਲੀ ਚੱਕੀ ਗਈ ਸੀ ਇਹਨਾਂ 'ਤੇ ਵੀ ਜਦੋਂ ਦੋ ਦਿਨ ਪਹਿਲੇ ਇੱਕ ਬਿਆਨ ਸਾਹਮਣੇ ਆਇਆ ਸੀਗਾ। ਉਹ ਬਿਆਨ ਵੀ ਤੁਹਾਨੂੰ ਸੁਣਵਾਉਂਦੇ ਹਾਂ ਜਿਹੜਾ ਦੋ ਦਿਨ ਪਹਿਲੇ ਸਾਹਮਣੇ ਆਇਆ ਸੀ। ਨਾ ਮੇਰਾ ਗੁਰਦਾਸ ਨਾਲ ਸੰਬੰਧ ਆ ਕੋਈ, ਨਾ ਮੇਰਾ ਪਾਲੇ ਨਾਲ ਸੰਬੰਧ ਆ ਕੋਈ। ਮੇਰਾ ਕੈਂਡੀਡੇਟ ਗੁਰਜੀਤ ਸਿੰਘ ਹੈ, ਸਰਪੰਚ ਬਣਾ ਦਿਓ ਆਖਰਾ ਬਹੁਤ ਸੋ ਤੁਹਾਡਾ ਸਰਪੰਚ ਪੁਰਾਣਾ, ਆਹ ਭਲਵਾਨ ਖੜਾ ਇੱਥੇ, ਗੁਰਦੀਪ ਖੜਾ ਹੈ, ਬਲਦੇਵ ਸਿੰਘ ਖੜਾ, ਜਿੰਨੇ ਮੂੰਹ ਮੰਗੇ ਉਹਨੇ ਕਹੇ ਦਊਂਗਾ ਤੁਹਾਨੂੰ। ਤੁਹਾਡੇ ਪਿੰਡ ਵਿੱਚ ਨਰੇਗਾ ਭਵਨ ਬਣਾ ਕੇ ਦਊਂਗਾ, 15-20 ਲੱਖ ਨਾਲ ਬਣਦਾ ਉਹਦਾ। ਤੁਹਾਡੇ ਕੋਲ ਜਗ੍ਹਾ ਦੇਖ ਲਈ, ਮੈਂ ਬਹੁਤ ਜਗ੍ਹਾ ਤੁਹਾਡੇ ਕੋਲ, ਕਈ ਵਾਧੂ ਜਗ੍ਹਾ ਪਈ ਹੈ ਪੰਚਾਇਤ ਦੀ ਜਗ੍ਹਾ ਕਹਿੰਦੇ, ਅਤੇ ਨਰੇਗਾ ਭਵਨ ਦੇ ਵਿੱਚ ਇੰਨਾ ਫਾਇਦਾ ਵੀ ਗਰੀਬ ਲੋਕ ਆਪਣੇ ਲੜਕੀ ਸ਼ਾਦੀ ਵੀ ਕਰ ਸਕਦੇ। ਨਾ ਮੇਰਾ ਗੁਰਦਾਸ ਨਾਲ ਸੰਬੰਧ ਆ ਕੋਈ, ਨਾ ਮੇਰਾ ਪਾਲੇ ਨਾਲ ਸੰਬੰਧ ਆ ਕੋਈ। ਮੇਰਾ ਕੈਂਡੀਡੇਟ ਗੁਰਜੀਤ ਸਿੰਘ ਹੈ, ਸਰਪੰਚ ਬਣਾ ਦਿਓ ਆਖਰਾ ਬਹੁਤ ਸੋ ਤੁਹਾਡਾ ਸਰਪੰਚ ਪੁਰਾਣਾ, ਆਹ ਭਲਵਾਨ ਖੜਾ ਇੱਥੇ, ਗੁਰਦੀਪ ਖੜਾ ਹੈ, ਬਲਦੇਵ ਸਿੰਘ ਖੜਾ, ਜਿੰਨੇ ਮੂੰਹ ਮੰਗੇ ਉਹਨੇ ਪੈਸੇ ਦਊਂਗਾ ਤੁਹਾਨੂੰ। ਤੁਹਾਡੇ ਪਿੰਡ ਵਿੱਚ ਨਰੇਗਾ ਭਵਨ ਬਣਾ ਕੇ ਦਊਂਗਾ, 15-20 ਲੱਖ ਨਾਲ ਬਣਦਾ ਉਹਦਾ। ਤੁਹਾਡੇ ਕੋਲ ਜਗ੍ਹਾ ਦੇਖ ਲਈ, ਮੈਂ ਬਹੁਤ ਜਗ੍ਹਾ ਤੁਹਾਡੇ ਕੋਲ, ਕਈ ਵਾਧੂ ਜਗ੍ਹਾ ਪਈ ਹੈ ਪੰਚਾਇਤ ਦੀ ਜਗ੍ਹਾ ਕਹਿੰਦੇ, ਅਤੇ ਨਰੇਗਾ ਭਵਨ ਦੇ ਵਿੱਚ ਇੰਨਾ ਫਾਇਦਾ ਵੀ ਗਰੀਬ ਲੋਕ ਆਪਣੇ ਲੜਕੀ ਸ਼ਾਦੀ ਵੀ ਕਰ ਸਕਦੇ।